ਖਾਨ ਸਾਹਿਬ ਅਬਦੁਲ ਕਰੀਮ ਖਾਨ 1906 ਹੋਣਾ ਹੈ ਜਾਂ 1907। ਸਾਡੀ ਗਲੀ ਵਿੱਚ ਭਿੱਖਾ ਜੀ ਪੰਤ ਸੁਖਦੇਵ ਦੇ ਘਰ ਗੰਡਾ ਵੱਜਣਾ ਸੀ। ਖਾਨ ਸਾਹਿਬ ਅਬਦੁਲ ਕਰੀਮ ਖਾਨ ਦੇ ਗਾਣੇ ਦੀ ਉੱਡੀ ਹੋਈ ਸੀ। ਭਿੱਖਾ ਜੀ ਅਤੇ ਉਹਨਾਂ ਦੇ ਭਰਾ ਅੰਨਾ ਜੀ ਸੌਖੇ ਲੋਕ ਸਨ। ਸੰਗੀਤ ਨਾਲ ਉਹਨਾਂ ਨੂੰ ਪਿਆਰ ਹੀ ਨਹੀਂ ਸਗੋਂ ਆਪੋ ਵੀ ਚੰਗੇ ਚੋਖੇ ਕਸਬੀ ਸਨ। ਭਿੱਖਾ ਜੀ ਅੱਵਲ ਨੰਬਰ ਦੇ ਤਬਲੀਏ ਅਤੇ ਅੰਨਾ ਜੀ ਵਧੀਆ ਸਿਤਾਰੀਏ ਹੋਣ, ਇਸੇ ਕਰਕੇ ਉਹਨਾਂ ਅਬਦੁਲ ਕਰੀਮ ਖਾਨ ਦੇ ਗਾਣੇ ਨਾਲ ਰਸਮ ਰੱਖੀ ਸੀ। ਖਾਨ ਸਾਹਿਬ ਦੀਆਂ ਉਸ ਵੇਲੇ ਪੂਰੇ ਮਹਾਰਾਸ਼ਟਰ ਵਿੱਚ ਧੁੰਮਾਂ ਸਨ। ਮੈਂ ਮਸਾਂ ਟੁਰਦਾ ਹੀ ਸਾਂ, ਸੰਭਾਲ ਹੋਈ ਤਾਂ ਲੋਕਾਂ ਤੋਂ ਸੁਣਿਆ ਇੱਧਰੋਂ ਗਾਣੇ ਦਾ ਆਵਾਜ਼ ਕੰਨੀ ਪਿਆ ਅਤੇ ਉੱਧਰੋਂ ਮੈਂ ਨਿੱਕਿਆਂ ਨਿੱਕਿਆਂ ਪੈਰਾਂ ਨਾਲ ਆਪ ਮੁਹਾਰਾ ਟੁਰਦਾ ਮਹਿਫਲ ਚੱਪੜ ਗਿਆ। ਅੰਨਾ ਜੀ ਜਾਂ ਅੰਤਾ ਜੀ ਵੇਖਿਆ ਤਾਂ ਪਿਆਰ ਨਾਲ ਕੁੱਛੜ ਚੁੱਕ ਲਿਆ ਅਤੇ ਚੌਂਤਰੇ ਉੱਤੇ ਖਾਨ ਸਾਹਿਬ ਦੇ ਸੱਜੇ ਹੱਥ ਜਾ ਬਿਠਾਇਆ। ਮੈਂ ਸਵੇਰੇ ਦਿਨ ਚੜ੍ਹਨ ਤਾਈਂ ਬਿਨਾਂ ਅੱਖ ਝਮਕੇ ਗਾਣਾ ਵਜਾਉਣਾ ਸੁਣਦਾ ਰਿਹਾ। ਅਗਲੇ ਦਿਨ ਅੰਤਾ ਜੀ ਮੈਨੂੰ ਗਲੀ ਵਿੱਚ ਖਾਨ ਸਾਹਿਬ ਵਾਕਣ ਆਵਾਜ਼ਾਂ ਕੱਢਦਿਆਂ ਵੇਖਿਆ ਤਾਂ ਘਰ ਲੈ ਗਏ। ਇਹ ਸੁਣਾ ਹਾਂ ਕਿਵੇਂ ਗਾਉਣਾ, ਗਾਉਣਾ ਕੀ ਸੀ, ਐਵੇਂ ਰੌਲਾ ਰੱਪਾ ਪਾਉਂਦਾ ਰਿਹਾ ਮੈਂ। ਅੰਤਾ ਜੀ ਨੂੰ ਮੇਰੇ ਵਿੱਚ ਕਣੀ ਦਿਸ ਪਈ, ਉਹਨਾਂ ਮੈਨੂੰ ਪਲਟਿਆਂ 'ਤੇ ਲਾ ਦਿੱਤਾ ਅਤੇ ਨਾਲ ਨਾਲ ਉਸ ਜ਼ਮਾਨੇ ਥੀਏਟਰ ਦੇ ਮਸ਼ਹੂਰ ਗਾਣੇ ਵੀ ਕਰਾਣੇ ਛੋਹ ਦਿੱਤੇ। ਇੰਜ ਖਾਨ ਸਾਹਿਬ ਦੇ ਗਾਣੇ ਤੋਂ ਮੈਨੂੰ ਸੰਗੀਤ ਦੀ ਜਾਗ ਲੱਗੀ। ਘਰ ਵਾਲੇ ਸੰਸਕ੍ਰਿਤ ਦਾ ਵਿਦਵਾਨ ਬਣਾਉਣਾ ਚਾਹੁੰਦੇ ਸਨ ਅਤੇ ਮੈਂ ਖਾਨ ਸਾਹਿਬ ਦਾ ਭਗਤ ਹੋਇਆ ਪਿਆ ਸਾਂ। ਮਿਰਾਜ ਦਾ ਖਾਜਾ ਮੀਰਾ ਸਾਹਿਬ ਰਹਿਮਤੁੱਲਾ ਅਲੈਹ ਦੀ ਦਰਗਾਹ ਕਰਕੇ ਬੜਾ ਨਾਂ ਹੈ। ਇੱਥੇ ਸਾਲ ਦੇ ਸਾਲ ਮੇਲਾ ਲੱਗਦਾ ਸੀ ਜਿਹਦੇ ਵਿੱਚ ਖਾਨ ਸਾਹਿਬ ਲਾਜ਼ਮੀ ਹਾਜ਼ਰੀ ਦਿੰਦੇ ਸਨ। ਜਿੱਥੇ ਕਿਧਰੇ ਵੀ ਹੁੰਦੇ ਛੱਡ ਛਡਾ ਕੇ ਮੇਲੇ ਆਣ ਪੁੱਜਦੇ। ਦਰਬਾਰ ਦੇ ਪਿਛਲੇ ਬੰਨੇ ਖੁੱਲ੍ਹੇ ਮੈਦਾਨ ਵਿੱਚ ਇਮਲੀ ਦਾ ਰੁੱਖ ਸੀ, ਇਸੇ ਹੇਠ ਖਾਨ ਸਾਹਿਬ ਚੌਂਕੀ ਦਿੰਦੇ। ਖਲਕਤ ਦੂਰੋਂ ਦੂਰੋਂ ਸੁਣਨ ਆਉਂਦੀ। ਦਸਾਂ ਤੋਂ ਲੈ ਕੇ 15-16 ਵਰ੍ਹਿਆਂ ਦੀ ਉਮਰ ਤਾਈਂ ਮੈਂ ਉਹਨਾਂ ਨੂੰ ਹਰ ਸਾਲ ਇੱਥੇ ਸੁਣਿਆ। ਖਾਨ ਸਾਹਿਬ ਸਵੇਰੇ ਬਹਿਣਾ ਟੋਡੀ ਜੌਨਪੁਰੀ ਜਾਂ ਜਿਹੜੇ ਰਾਗ 'ਤੇ ਵੀ ਰੂਹ ਮੰਨਣਾ ਸ਼ੁਰੂ ਕਰ ਲੈਣਾ, ਅਖੀਰ 'ਤੇ ਪੈਰਵੀਂ ਪੱਕੀ ਹੋਣੀ, ਕਦੀ ਨਾ ਖੁੰਝਾਣੀ। ਇਸ ਪਿੱਛੋਂ ਸ਼ਾਗਿਰਦਾਂ ਨਾਲ ਸਾਰੇ ਬਾਜ਼ਾਰ ਫਿਰ ਕੇ ਵੇਖਣੇ ਨਾਲ ਸੁਰੇਸ਼ ਬਾਬੂ ਅਤੇ ਉਹਨਾਂ ਦੇ ਨਿੱਕੇ ਭਰਾ ਪਾਪਾ ਚਿੱਟੇ ਦੁੱਧ ਕੱਪੜੇ ਅਤੇ ਜ਼ਰੀ ਦੀਆਂ ਟੋਪੀਆਂ ਪਾਈ ਹੋਣੇ। ਇਸੇ ਸਮੇਂ ਆਰੀਆ ਸੰਗੀਤ ਵਿਦਿਆਲਾ ਗੌਰਮੈਂਟ ਥੀਏਟਰ ਵਿੱਚ ਗਾਣਾ ਕਰਵਾਉਂਦਾ। ਸੁਰੇਸ਼ ਬਾਬੂ ਲੋਕਾਂ ਦੀ ਮਜ਼ਾ ਮੀਰੀ ਲਈ ਜਿਹੜੀ ਤਾਣ ਆਉਣੀ ਉਸੇ ਵੇਲੇ ਉਹਦੀ ਸਰਗਮ ਕਰ ਦੇਣੀ ਅਤੇ ਅਗਲੇ ਦਿਨ ਸ਼ਹਿਰ ਵਡਿਆਂਦਿਆਂ ਨਾ ਥੱਕਣਾ। ਉਰਸ ਤੋਂ ਅੱਡ ਖਾਨ ਸਾਹਿਬ ਗਣਪਤੀ ਮੇਲੇ 'ਤੇ ਵੀ ਗਾਉਂਦੇ। ਇਹ ਮੇਲਾ ਮਿਰਾਜ ਰੇਲਵੇ ਸਟੇਸ਼ਨ ਕੋਲ ਲੱਗਦਾ ਸੀ। ਖਾਨ ਸਾਹਿਬ ਬਾਰੇ ਮੇਰੀ ਜਾਣਕਾਰੀ ਇੰਨੀ ਸੀ। ਅਗਲੀਆਂ ਗੱਲਾਂ ਸਾਰੀਆਂ ਮੈਂ ਉਹਨਾਂ ਦੇ ਸ਼ਾਗਿਰਦ ਸਵਾਏ ਗੰਧਰਵ, ਘਰਵਾਲੀ ਬਾਨੋਬਾਈ, ਬੇਲੀ ਤੰਮਨ ਵੰਤ ਮੋਰੇ ਅਤੇ ਹੋਰਨਾਂ ਕਈਆਂ ਤੋਂ ਸੁਣ ਸੁਣ ਕੇ ਇਕੱਠੀਆਂ ਕੀਤੀਆਂ ਨੇ। ਖਾਨ ਸਾਹਿਬ ਪਿੱਛੋਂ ਕਿਰਾਨੇ ਦੇ ਸਨ। ਕਈ ਵੱਡੇ ਵੱਡੇ ਗਵਈਏ, ਸਰੰਗੀਏ, ਸਿਤਾਰੀਏ ਉਹਨਾਂ ਦੇ ਹੋਏ ਨੇ। ਖਾਨ ਸਾਹਿਬ ਦੀ ਟਾਬਰੀ ਦਾ
ਬੰਦੇ ਅਲੀ ਖਾਂ ਅਤੇ ਹਸੂ ਹੱਦੂ ਖਾਂ ਕਿਆਂ ਨਾਲ ਰੱਤ ਦਾ ਸਾਂਗਾ ਸੀ। ਉਹਨਾਂ ਆਪਣੇ ਬਾਪ ਕਾਲੇ ਖਾਂ ਅਤੇ ਚਾਚੇ ਅਬਦੁੱਲਾ ਖਾਂ ਤੋਂ ਸਿੱਖਿਆ। ਇੱਕ ਵਾਰੀ ਉਹ ਬੜੌਦੇ ਗਵੇ ਅਤੇ ਉਹਨਾਂ ਨੂੰ ਦਰਬਾਰੀ ਗਵੱਈਏ ਦੀ ਨੌਕਰੀ ਮਿਲ ਗਈ। ਬੜੌਦੇ ਤੋਂ ਉਹ ਬੰਬੇ ਅਤੇ ਫਿਰ ਮਹਾਰਾਜ ਆਣ ਵਸੇ। ਉਹ ਜਿੱਥੇ ਕਿੱਥੇ ਵੀ ਗਏ ਦੁਨੀਆ ਉਹਨਾਂ ਦੇ ਮਿੱਠੇ ਆਵਾਜ਼ ਅਤੇ ਗਾਇਕੀ ਦੀ ਆਸ਼ਿਕ ਹੁੰਦੀ ਗਈ। ਮਹਾਰਾਜ ਤੋਂ ਉਹ ਹਬਲੀ ਅਤੇ ਦਰਬਾਰ ਵਿੱਚ ਵੀ ਚੋਖਾ ਚਿਰ ਰਹਿ। ਉਦੋਂ ਉਹਨਾਂ ਦੇ ਭਰਾ ਅਬਦੁਲ ਹੱਕ ਵੀ ਨਾਲ ਹੁੰਦੇ ਸਨ। ਦੋਵੇਂ ਰਲ ਕੇ ਗਾਉਂਦੇ ਸਨ। ਮਗਰੋਂ ਅਬਦੁਲ ਹੱਕ ਪਰਬਤੀ ਹਿੰਦੁਸਤਾਨ ਟੁਰ ਗਏ। ਹਬਲੀ ਦੇ ਜ਼ਮਾਨੇ ਖਾਨ ਸਾਹਿਬ ਨੂੰ ਰਾਮ ਬਾ ਕੰਡ ਗੋਲਕਰ ਗੰਧਰਵ ਯਾਨੀ ਸਵਾਏ ਗੰਧਰਵ ਮਿਲੇ। ਗੰਧਰਵ ਹੋਰਾਂ ਨੂੰ ਖਾਨ ਸਾਹਿਬ ਦਾ ਗਾਣਾ ਅਜਿਹਾ ਪੋਇਆ ਸ਼ਗਿਰਦ ਪੈਣ ਦੀ ਸੋਚ ਲਈ ਉਹਨੇ 1908 ਵਿੱਚ ਹਬਲੀ ਵਿੱਚ ਹੀ ਉਹਨਾਂ ਦਾ ਗੰਢਾ ਵੱਜਾ। ਉਹ ਖਾਨ ਸਾਹਿਬ ਦੇ ਪਹਿਲੇ ਉੱਗੇ ਸ਼ਗਿਰਦ ਸਨ। ਰਾਮ ਬਾ ਦੱਸਦੇ ਸਨ ਉਹਨਾਂ ਦਾ ਆਵਾਜ਼ ਖਾਨ ਸਾਹਿਬ ਦੀ ਗਾਇਕੀ ਵਾਲਾ ਨਹੀਂ ਸੀ। ਖਾਨ ਸਾਹਿਬ ਨੇ ਬੜੀ ਮਿਹਨਤ ਕਰਕੇ ਉਹਨੂੰ ਆਪਣੇ ਹਿਸਾਬ ਦਾ ਬਣਾਇਆ। ਖਾਨ ਸਾਹਿਬ ਦਾ ਸ਼ੈਲੀ ਰੂਹ ਉਹਨਾਂ ਨੂੰ ਹਬਲੀ ਤੋਂ ਸ਼ੋਲਾਪੁਰ ਅਤੇ ਫਿਰ ਪੂਨੇ ਲੈ ਗਿਆ। ਪੂਨੇ ਉਹ 5-6 ਵਰੇ ਰਹਿ। ਖਾਨ ਸਾਹਿਬ ਮਿਹਨਤ ਲਈ ਸਵੇਰੇ ਮੂੰਹ ਹਨੇਰੇ ਉੱਠ ਬੰਦੇ। ਰਾਮ ਬਾ ਤੰਬੂਰਾ ਲੈ ਕੇ ਨਾਲ ਹੁੰਦੇ। ਇਦੋਂ ਤਾਈਂ ਖਾਨ ਸਾਹਿਬ ਪੂਰੇ ਮਹਾਰਾਸ਼ਟਰ ਵਿੱਚ ਵੱਡੇ ਗਵੱਈਏ ਮੰਨੇ ਜਾਣ ਲੱਗ ਪਏ ਸਨ। ਉਹਨਾਂ ਆਰੀਆ ਸੰਗੀਤ ਵਿਦਿਆਲਾ ਦੇ ਨਾਂ ਤੋਂ ਇੱਕ ਕਾਲਜ ਚਾਲੂ ਕੀਤਾ। ਖਾਨ ਸਾਹਿਬ ਦਾ ਵਿਦਿਆਲਾ ਪੰਡਿਤ ਵਿਸ਼ਨੂੰ ਡਿਗੰਬਰ ਦੇ ਗੰਧਰਵ ਮਹਾਂਵਿਦਿਆਲਾ ਵਾਕਣ ਹੀ ਸੀ। ਖਾਸ ਕਰ ਦੋ ਗੱਲਾਂ ਵਿੱਚ ਤਾਂ ਸਗਵਾਂ, ਇੱਕ ਹੋਸਟਲ ਪਾਰੋਂ ਅਤੇ ਦੂਜਾ ਇਹਦੇ ਸਿੱਖਿਆਰ ਵੀ ਪੂਰੇ ਹਿੰਦੁਸਤਾਨ ਵਿੱਚ ਸੰਗੀਤ ਬੈਠਕਾਂ ਕਰਦੇ ਸਨ। ਆਰੀਆ ਸੰਗੀਤ ਵਿਦਿਆਲੇ ਵਿੱਚ ਦਾਖਲੇ ਤੋਂ ਪਹਿਲਾਂ 7 ਵਰੇ ਉੱਥੇ ਹੀ ਰਹਿਣ ਦਾ ਲਿਖ ਕੇ ਦੇਣਾ ਪੈਂਦਾ ਸੀ। ਸਿੱਖਿਆਰ ਚੋਖਾ ਮਾੜੇ ਘਰਾਂ ਤੋਂ ਹੁੰਦੇ, ਇਸ ਲਈ ਉਹਨਾਂ ਦਾ ਸਾਰਾ ਖਰਚਾ ਕਾਲਜ ਦੇ ਪੇਟੇ ਹੀ ਹੁੰਦਾ। ਖਾਨ ਸਾਹਿਬ ਇਹਨਾਂ ਪੜਿਆਰਾਂ ਨੂੰ ਦੱਸਦਿਆਂ ਕਦੀ ਕਿਰਸ ਨਾ ਕਰਦੇ। ਸੰਗੀਤ ਦੌਰਿਆਂ 'ਚ ਇਹ ਸਿੱਖਿਆਰ ਜਲ ਤਰੰਗ, ਤਬਲ ਰੰਗ, ਘੰਟੀ ਤਰੰਗ, ਸ਼ਹਿਨਾਈ ਅਤੇ ਨਾਚ ਨਾਲ ਸੁਨੇਹਰਾਂ ਨੂੰ ਰਾਜ਼ੀ ਕਰਦੇ। ਅਖੀਰ ਉੱਤੇ ਫਿਰ ਖਾਨ ਸਾਹਿਬ ਦਾ ਗਾਇਨ ਹੁੰਦਾ। ਖਾਨ ਸਾਹਿਬ ਅਬਦੁਲ ਕਰੀਮ ਖਾਨ ਘੱਟੋ ਘੱਟ ਮੁਸਲਮਾਨਾਂ ਵਿੱਚ ਪਹਿਲੇ ਅਤੇ ਖਬਰੇ ਅਖੀਰੀ ਉਸਤਾਦ ਸਨ ਜਿਹੜੇ ਇੰਨੇ ਸਾਰੇ ਸ਼ਾਗਿਰਦਾਂ ਨੂੰ ਮੋਰੀ ਵਾਲੇ ਪੈਸੇ ਬਿਨਾਂ ਕੋਲ ਰੱਖ ਕੇ ਐਡੀ ਖੁੱਲ੍ਹ ਦਿਲੀ ਨਾਲ ਸੰਗੀਤ ਸਿਖਾਉਂਦੇ ਸਨ। ਵਰ੍ਹਿਆਂ ਤਾਈਂ ਆਰੀਆ ਸੰਗੀਤ ਵਿਦਿਆਲਾ ਪੂਨੇ ਵਿੱਚ ਵੱਡੇ ਨਾਂ ਵਾਲੀ ਥਾਂ ਬਣਿਆ ਰਿਹਾ। 1917 ਵਿੱਚ ਖਾਨ ਸਾਹਿਬ ਇਸੇ ਦੀ ਇੱਕ ਟਿੰਗ ਬੰਬੇ ਵਿੱਚ ਖੋਲ੍ਹੀ ਜਿਹੜੀ ਕੁਛ ਚਿਰ ਬੜਾ ਚੱਲੀ। 1927 ਵਿੱਚ ਇਹਨੂੰ ਬੰਦ ਕਰ ਦਿੱਤਾ ਉਹਨੇ। ਖਾਨ ਸਾਹਿਬ ਮਹਾਰਾਜ ਆ ਗਏ ਅਤੇ ਜੋ ਕੁਝ ਜਾਣਦੇ ਸਨ ਦੂਜਿਆਂ ਨੂੰ ਵੰਡਦੇ ਰਹੇ। ਮਹਾਰਾਜ 'ਚ ਵਸੇਬੇ ਦਾ ਫੈਸਲਾ ਕਰਕੇ ਉਹਨਾਂ ਸ਼ਹਿਰੋਂ ਬੰਨੇ ਜ਼ਮੀਨ ਦਾ ਇੱਕ ਟੋਟਾ ਖਰੀਦਿਆ ਅਤੇ ਉਹਦੇ ਉੱਤੇ ਘਰ ਛੱਤਿਆ। ਰਹਿੰਦੀ ਉਮਰ ਸਾਰੀ ਉਹਨਾਂ ਇੱਥੇ ਹੀ ਗੁਜ਼ਾਰੀ। ਉਹਨਾਂ ਗੋਬਰ ਹਰੀ ਬਾਣੀ ਗਾਇਕੀ ਅੱਗੇ ਵਧਾਈ। ਇਸ ਬਾਣੀ ਦੀ ਗਾਇਕੀ ਵਿੱਚ ਨਿੰਮੀ ਨਿੰਮੀ ਪੀੜ ਅਤੇ ਦੁੱਖ ਹੁੰਦਾ ਹੈ। ਇਸ ਗੱਲ ਤੋਂ ਹਰ ਕੋਈ ਜਾਣੂ ਹੈ। ਮੈਨੂੰ ਜਦੋਂ ਸੰਗੀਤ ਦੀ ਕੁਝ ਵਾਸ ਔਰ ਹੋਈ ਤਾਂ ਮੈਂ ਖਾਨ ਸਾਹਿਬ ਨੂੰ ਕਈ ਥਾਈਂ ਸੁਣਿਆ। ਮੈਂ ਉਹਨਾਂ ਨੂੰ ਆਲ ਇੰਡੀਆ ਰੇਡੀਓ ਤੋਂ ਵੀ ਸੁਣਿਆ। ਇੱਥੇ ਉਹ ਅਸਮਾਂ ਗਾਉਂਦੇ ਸਨ। ਮੇਰੇ ਵਾਕਣ ਪੱਕ ਨਾਲ ਹੋਰ ਦੁਨੀਆ ਵੀ ਉਹਨਾਂ ਨੂੰ ਸੁਣਦੀ ਹੋ ਸੀ। ਉਹਨਾਂ ਦਾ ਆਵਾਜ਼ ਇੰਨਾ ਮਿੱਠਾ ਸੀ, ਯਕੀਨ ਨਹੀਂ ਸੀ ਆਉਂਦਾ, ਅਤੇ ਸੁਰ ਵਿੱਚ ਇੰਨੇ ਕੁ ਸਨ ਕਿ ਤੰਬੂਰੇ ਨਾਲੋਂ ਫਰਕ ਨਹੀਂ ਸੀ ਹੁੰਦਾ।
ਉਹਨਾਂ ਕੋਲ ਵਾਚ ਗੁੜਤਲ ਯਾਨੀ ਵਾਇਸ ਕਲਚਰ ਦਾ ਇੱਕ ਪੂਰਾ ਵਿਹਾਰ ਸੀ, ਪੂਰਾ ਸਿਸਟਮ ਸੀ। ਜਿਵੇਂ ਉਹਨਾਂ ਆਪਣਾ ਵਾਜ ਸੋਧਿਆ ਆਇਆ ਸੀ, ਉਂਝ ਹੀ ਉਹਨਾਂ ਆਪਣੇ ਬਹੁਤ ਸਾਰੇ ਸ਼ਾਗਿਰਦਾਂ ਦੇ ਵਾਜ ਬਣਾਉਣ ਦਾ ਸਫਲ ਆਰ ਕੀਤਾ। ਇੱਥੇ ਮੈਂ ਅਨੰਤ ਰਾਓ ਗਡਗਿਲ ਦੀ ਮਿਸਾਲ ਦੇਣਾ। 1914-15 ਵਿੱਚ ਕੇਸ਼ੂ ਰਾਏ ਭੋਸਲੇ ਖਾਂ ਸਾਹਿਬ ਨੂੰ ਮਿਰਾਜ ਦੇ ਗਣਪਤੀ ਮੇਲੇ ਵਿੱਚ ਗਾਉਣ ਲਈ ਬੁਲਾਇਆ। ਖਾਂ ਸਾਹਿਬ ਦੇ ਨਾਲ ਤੰਬੂਰੇ ਅਤੇ ਗਡਗਿਲ ਸਨ। ਜੇ ਤੁਸੀਂ ਅੱਖਾਂ ਮੀਟ ਕੇ ਸੁਣਦੇ ਤਾਂ ਆਖ ਨਹੀਂ ਸੌ ਸਕਦੇ ਵੀ ਕਦੋਂ ਖਾਂ ਸਾਹਿਬ ਚੁੱਪ ਕੀਤੇ ਨੇ ਅਤੇ ਕਦੋਂ ਗਡਗਿਲ ਸ਼ੁਰੂ ਹੋਏ ਨੇ। ਖਾਂ ਸਾਹਿਬ ਵਾਜ ਸ਼ੁੱਧ ਕਰਾਉਂਦਿਆਂ ਪਹਿਲੇ ਸਪਤਕ 'ਤੇ ਬੜਾ ਜ਼ੋਰ ਦਿੰਦੇ ਸਨ। ਸਵਾਏ ਗੰਧਰਵ ਇੱਕ ਵਾਰੀ ਮੈਨੂੰ ਦੱਸਿਆ, ਖਾਂ ਸਾਹਿਬ ਰਾਤੀਂ ਭਾਵੇਂ ਕਿੰਨਾ ਚਿਰਕਾ ਸੌਂਦੇ ਪਰ ਖਰਜ ਪਕਾਉਣ ਲਈ ਸਵੇਰੇ ਮੂੰਹ ਹਨੇਰੇ ਜ਼ਰੂਰ ਉੱਠ ਖਲੋਂਦੇ। ਖਾਂ ਸਾਹਿਬ ਦਾ ਸਾਰਾ ਗਾਣਾ ਹੀ ਅਲਾਪ ਹੁੰਦਾ। ਮੈਨੂੰ ਗੋਬਿੰਦ ਰਾਓ ਤੇਂਬੇ ਦੀ ਗੱਲ ਅੱਜ ਵੀ ਚੇਤੇ ਆਉਂਦੀ ਹੈ। ਉਹਨਾਂ ਦੱਸਿਆ, ਮੀਂਡਦਾਰ ਗਾਣੇ ਦਾ ਚਸਕਾ ਖਾਂ ਸਾਹਿਬ ਨੇ ਹੀ ਲੋਕਾਂ ਨੂੰ ਲਾਇਆ। ਮੀਂਡ ਤਾਰ ਦੇ ਸਾਜ਼ਾਂ ਦੀ ਚੀਜ਼ ਹੈ, ਜਿਵੇਂ ਸਿਤਾਰ ਹੋ ਗਿਆ, ਵੀਨਾ ਹੋ ਗਈ। ਇਹਨਾਂ ਵਿੱਚ ਵਾਦਕ ਤਾਰ ਛਿੱਕ ਕੇ ਇੱਕ ਸੁਰ ਵਿੱਚ ਅਗਲੇ ਸੁਰਾਂ ਦੀ ਨੁਹਾਰ ਰਲਾਉਂਦੇ ਟੁਰੇ ਜਾਂਦੇ ਨੇ। ਸਗਵੀਂ ਕਾਰ ਖਾਂ ਸਾਹਿਬ ਦੇ ਅਲਾਪ ਦੀ ਹੁੰਦੀ ਸੀ ਕਿ ਮੀਂਡ ਮੁੱਕਣ ਵਿੱਚ ਹੀ ਨਹੀਂ ਸੀ ਆਉਂਦੀ। ਉਹਨਾਂ ਦਾ ਆਵਾਜ਼ ਚੜਖੜੀਆਂ ਖਾਂਦਾ, ਕਟਾਂ ਕੱਟਦਾ, ਅੜੇ ਭੁਰੇ ਬਿਨਾਂ ਸਵਾਰਾ ਇੱਕੋ ਜਿਹਾ ਵਗਿਆ ਰਹਿੰਦਾ। ਉਹਨਾਂ ਦਾ ਸੋਹਣਾ ਸੁੱਚਾ ਸੁਰ ਪੌਂਦ ਸਾਰ ਪਿੜਨ ਨੂੰ ਹਾਲ ਜਿਹਾ ਪਾ ਦਿੰਦਾ। ਤਾਨਾਂ ਦਾ ਵੰਨ ਸੁਵੰਨ ਭਾਵੇਂ ਚੋਖਾ ਨਹੀਂ ਸੀ ਪਰ ਫਿਰ ਵੀ ਤਗੜੀ ਗਮਕਦਾਰ ਤਾਨ ਫਿਰਦੇ। ਹਰ ਅਲੰਕਾਰ ਯਾਨੀ ਸਜਾਵਟ ਸਜਾ ਗੋਲ ਅਤੇ ਉਗੜਵਾਂ ਹੁੰਦਾ, ਰੰਗ ਬੱਝਾ ਹੁੰਦਾ ਤਾਂ ਖਾਂ ਸਾਹਿਬ ਘੰਟਾ ਡੂਢ ਘੰਟਾ ਇੱਕੋ ਰਾਗ ਗਾਉਂਦੇ ਰਹਿੰਦੇ। ਉਹਨਾਂ ਦਾ ਆਲਾਪ ਆਪਣੇ ਨਮੂਨੇ ਦਾ ਹੁੰਦਾ, ਉਹ ਚੋਣਵੇਂ ਸੁਰ ਉਜਾਗਰ ਕਰਦੇ ਅਤੇ ਹਰ ਇੱਕ ਦੇ ਦੁਆਲੇ ਸੁਰਤੀਆਂ ਨਾਲ ਇੱਕ ਮੁਹੀਨ ਜਿਹੀ ਉਨਤੀ ਉਣਦੇ। ਇੰਜ ਦਾ ਆਲਾਪ ਕੁਝ ਵੱਡੇ ਰਾਗਾਂ ਵਿੱਚ ਹੀ ਹੋ ਸਕਦਾ ਹੈ, ਇਸ ਕਰਕੇ ਉਹ ਅਜਿਹੇ ਰਾਗ ਹੀ ਲੈਂਦੇ। ਸੁਹੇਲ ਦੇ ਰਾਗਾਂ ਵਿੱਚੋਂ ਉਹਨਾਂ ਨੂੰ ਭੈਰੋ, ਲਲਤ, ਟੋਡੀ, ਜੌਨਪੁਰੀ, ਦੁਪਹਿਰ ਦਿਆਂ ਵਿੱਚੋਂ ਭੀਮ ਪਲਾਸ, ਪੱਟਦੀਪ, ਮੁਲਤਾਨੀ, ਮਾਰਵਾ, ਮੀਆਂ ਦੀ ਮਲਹਾਰ ਅਤੇ ਰਾਤ ਦਿਆਂ ਵਿੱਚੋਂ ਯਮਨ, ਸ਼ੁੱਧ ਕਲਿਆਣ, ਭੂਪ, ਬਿਹਾਗ, ਬਾਗੇਸ਼ਰੀ, ਪੂਰੀਆ, ਮਾਲਕੌਂਸ, ਦਰਬਾਰੀ ਕਾਨੜਾ ਅਤੇ ਬਸੰਤ ਬਹੁਤ ਚੰਗੇ ਲੱਗਦੇ ਸਨ। ਸ਼ਾਗਿਰਦਾਂ ਦੇ ਆਖਣ 'ਤੇ ਕਦੀ ਕਦਾਈ ਕੁਝ ਹੋਰ ਰਾਗ ਗਾਉਣ 'ਤੇ ਵੀ ਮੰਨ ਜਾਂਦੇ। ਸਾਰੇ ਹਿੰਦੁਸਤਾਨ ਤੋਂ ਖਾਂ ਸਾਹਿਬ ਦੇ ਸਾਕ ਅੰਗ ਕਦੀ ਨਾ ਕਦੀ ਮਿਲ ਆ ਜਾਂਦੇ। ਅਕਸਰਾਂ ਦਾ ਕਸਬ ਗੁਣ ਵਿੱਚ ਵੱਡਾ ਨਾਂ ਸੀ। ਖਾਂ ਸਾਹਿਬ ਆਪਣੇ ਸ਼ਾਗਿਰਦਾਂ ਨੂੰ ਉਹਨਾਂ ਦੇ ਨੇੜੇ ਹੋ ਕੇ ਅਛੋਪ ਅਸਥਾਈ ਅੰਤਰੇ ਸਿੱਖਣ ਦੀ ਪੱਕੀ ਕਰਦੇ। ਰਾਮ ਭਾ ਯਾਨੀ ਸਵਾਏ ਗੰਧਰਵ ਮੈਨੂੰ ਦੱਸਿਆ, ਇੱਕ ਵਾਰੀ ਕੋਲਹਾਪੁਰ ਦੇ ਮਸ਼ਹੂਰ ਸੁਰੰਗੀਏ ਹੈਦਰ ਬਖਸ਼ ਖਾਂ ਆ ਕੇ ਖਾਂ ਸਾਹਿਬ ਕੋਲ ਮਹੀਨਾ ਪੱਕਾ ਰਹਿ। ਇੱਕ ਵਾਰੀ ਕੋਲਹਾਪੁਰ ਦੇ ਮਸ਼ਹੂਰ ਸੁਰੰਗੀਏ ਹੈਦਰ ਬਖਸ਼ ਖਾਂ ਆ ਕੇ ਖਾਂ ਸਾਹਿਬ ਕੋਲ ਮਹੀਨਾ ਪੱਕਾ ਰਹਿ। ਇਹ ਸਾਰੇ ਵੇਲੇ ਅਸਾਂ ਖਾਂ ਸਾਹਿਬ ਹੈਦਰ ਬਖਸ਼ ਖਾਂ ਤੋਂ ਕਿੰਨੀਆਂ ਸਾਰੀਆਂ ਚੀਜ਼ਾਂ ਸਿੱਖੀਆਂ। ਖਾਂ ਸਾਹਿਬ ਰਹੀਮ ਬਖਸ਼ ਖਾਂ ਹੈਦਰਾਬਾਦ ਦੇ ਮੰਨੇ ਪਰਵੰਨੇ ਸੁਰੰਗੀਏ ਸਨ। ਖਾਂ ਸਾਹਿਬ ਉਹਨਾਂ ਕੋਲ ਕਈ ਮਹੀਨੇ ਪ੍ਰਾਹੁਣੇ ਰਹਿ। ਦੋਵੇਂ ਉਸਤਾਦ ਹਸਤੀਆਂ ਰੋਜ਼ਾਨਾ ਕਈ ਕਈ ਘੰਟੇ ਜੁੜ ਕੇ ਬੈਠੀਆਂ ਇੱਕ ਦੂਜੇ ਨਾਲ ਚੀਜ਼ਾਂ ਦਾ ਵਟਾਂਦਰਾ ਕਰਦੀਆਂ ਰਹਿੰਦੀਆਂ। ਤਮਨ ਵੰਤ ਮੋਰੇ ਇਸ ਸਮੇਂ ਖਾਂ ਸਾਹਿਬ ਦੇ ਨਾਲ ਸਨ। ਉਹਨਾਂ ਦੱਸਿਆ, ਖਾਂ ਸਾਹਿਬ ਆਪਣੇ ਘਰਾਣਿਓਂ ਬਾਹਰੇ ਲੋਕਾਂ ਨਾਲ ਅਜਿਹੇ ਮਾਮਲੇ ਸਾਂਝੇ ਕਰਨੋਂ ਬੁਲਾਉਂਦੇ ਸਨ।